ਸਤਿ ਸ਼੍ਰੀ ਅਕਾਲ ਜੀ ਮੈਂ ਹੈਪੀ ਸਿੰਗਲਾ ਤੁਸੀਂ ਜੁੜ ਚੁੱਕੇ ਹੋ ਪੈਰੇਦਾਰ ਵਰਕ ਨਿਊਜ਼ ਨਾਲ ਤਸਵੀਰਾਂ ਦਿਖਾ ਰਹੇ ਹਾਂ ਡੀਸੀ ਆਫਿਸ ਦੇ ਬਾਹਰ ਦੀਆਂ ਸਾਡੇ ਨਾਲ ਮੌਜੂਦ ਨੇ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਮਨਦੀਪ ਨਥਵਾਨ ਜੀ ਅਤੇ ਉਹਨਾਂ ਦੇ ਨਾਲ ਇੱਕ ਹਵੋਲੀ ਤੋਂ ਸਾਡਾ ਵੀਰ ਮੌਜੂਦ ਹੈ ਗੁਰਮੀਤ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਮਿਹਨਤ ਕੀਤੀ ਮਜ਼ਦੂਰੀ ਕੀਤੀ ਲੇਕਿਨ ਉਹਨਾਂ ਦੇ ਜੋ ਕੰਮਕਾਰ ਦਾ ਪੈਸਾ ਹੈ ਹਾਲੇ ਤੱਕ ਉਹ ਉਹਨਾਂ ਨੂੰ ਨਹੀਂ ਮਿਲਿਆ ਕਰੋਨਾ ਕਾਲ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਬਹਾਨੇ ਲਗਾਏ ਗਏ ਪੂਰਾ ਕੀ ਮਾਮਲਾ ਹੈ ਗੱਲ ਕਰਵਾਉਂਦੇ ਹਾਂ ਵੀਰ ਗੁਰਮੀਤ ਨਾਲ ਅਤੇ ਜਾਣਦੇ ਹਾਂ ਪੂਰਾ ਮਾਮਲਾ पुराने बिल दो उस टाइम दे बिल नहीं मिले उदो मेनू रोकया सी बिल तो भी बिल जो उदो ही कटांगे जो खाते च पैसे आउणगे ते हुण मेनू कह रहा भी पुराने बिल दो पुराना बिल GST बिल नहीं मिल सकता वो करंट दा ही बिल मिलिया जाऊगा ते वो कहिंदे भी पुराने बिल लै गया होगा जुड़े हुए लोग ने राणिया तो डी साहब नहीं मिले जी डी साहब मिलते तो गलबात होंगी SDM ना हड़ी गलबात हुई है तो उन्होंने कहा भी मैं आश्वासन दिता भी हल करावा जो हल ना किया तो धरना दिता जाओ ठीक है जी आज तुसी ऐलान किया है एक मिनट होल्ड रखी ਅੱਜ ਤੁਸੀਂ ਐਲਾਨ ਕੀਤਾ ਹੈ 28 ਦਸੰਬਰ ਨੂੰ ਘਰਾਬ ਦਾ ਕਿ DC ਆਫਿਸ ਦਾ ਘਰਾਬ ਹੋਏਗਾ ਅਗਰ ਕਿਸੇ ਹੋਰ ਵੀ ਵੀਰ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਤੁਹਾਡੇ ਜਥੇਬੰਦੀ ਨਾਲ ਕਿਸ ਤਰੀਕੇ ਨਾਲ ਕੰਟੈਕਟ ਕੀਤਾ ਜਾ ਸਕਦਾ ਸਾਰੇ ਲੋਕ ਮਸਲਿਆਂ ਨੂੰ ਹੱਲ ਕਰਾਉਣ ਵਾਸਤੇ ਸਾਡੀ ਜਥੇਬੰਦੀ ਤਤਪਰ ਰਹਿੰਦੀ ਹੈ ਲਗਾਤਾਰ ਅਸੀਂ ਚ ਟਿਊਬਲ ਕਨੈਕਸ਼ਨਾਂ ਦੀ ਮੰਗ ਹੈ ਚ ਖਾਦ ਦੀ ਸਮੱਸਿਆ ਸੀ ਹਰ ਟਾਈਮ ਅਸੀਂ ਮੈਦਾਨ 'ਚ ਰਹਿੰਦੇ ਹਾਂ ਅਸੀਂ ਤਮਾਮ ਲੋਕਾਂ ਨੂੰ ਬੇਨਤੀ ਕਰਾਂਗੇ ਕਿਸੇ ਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ ਤੁਸੀਂ ਜਦੋਂ ਵੀ ਸਾਨੂੰ ਜ਼ਰੂਰਤ ਯਾਦ ਕਰੋਗੇ ਅਸੀਂ ਹਾਜ਼ਰ ਹੋਵਾਂਗੇ ਸਾਡੀ ਜਥੇਬੰਦੀ ਲੋਕਾਂ ਲਈ ਲੜਦੀ ਹੈ ਔਰ ਹਰਿਆਣੇ 'ਚ ਇੱਕ ਮਜ਼ਬੂਤ ਜਥੇਬੰਦੀ ਬਣ ਕੇ ਉੱਭਰੀ ਹੈ ਅਸੀਂ 28 ਨੂੰ ਇੱਥੇ ਧਰਨਾ ਲਾਵਾਂਗੇ ਲੋਕਾਂ ਨੂੰ ਬੇਨਤੀ ਕਰਾਂਗੇ ਵੀ ਇਕੱਲੇ ਵੀਰ ਦੇ ਪੈਸੇ ਨਹੀਂ ਇਹ ਸਾਰੇ ਇਲਾਕੇ ਦੇ ਲੋਕ ਇਹਦਾ ਮਦਦ ਕਰਨ ਤਾਂ ਕਿ ਇੱਕ ਦੂਜੇ ਦਾ ਸਾਥ ਦੇਈਏ ਤਾਂ ਇਹ ਪੈਸੇ ਇਸਦੀ ਮਿਹਨਤ ਇਹਦੀ ਮਿਲ ਸਕੇ ਤੁਹਾਡੇ ਨਾਲ ਕੰਟੈਕਟ ਕਿਵੇਂ ਜੇ ਕੀਤਾ ਜਾ ਸਕਦਾ ਨੰਬਰ ਹੈ ਮੇਰਾ ਉਹ ਸਾਥੀ ਇੱਥੋਂ ਦੇ ਟੀਮ ਹੈ ਸਾਡੀ ਸਰਸੇ ਦੀ ਰਣਜੀਤ ਸਿੰਘ ਵਿਰਕ ਸਾਡਾ ਜ਼ਿਲ੍ਹੇ ਦੇ ਪ੍ਰਧਾਨ ਨੇ ਔਰ ਕਾਲਿਆਂ ਵਾਲੀ ਸਾਡੀ ਟੀਮ ਹੈ ਕੁਲਦੀਪ ਸਿੰਘ ਹੈ ਉੱਥੋਂ ਦਾ ਬਲਾਕ ਦਾ ਪ੍ਰਧਾਨ ਹੈ ਤਾਂ ਸਾਰੇ ਲੋਕ ਜਾਣਦੇ ਆ ਇੱਥੇ ਵੱਡਾ ਅੰਦੋਲਨ ਅਸੀਂ ਲੜਿਆ ਪੱਕਾ ਮੋਰਚਾ ਚਲਾਇਆ ਵੱਡੀ 6 ਅਕਤੂਬਰ ਨੂੰ ਰੈਲੀ ਕੀਤੀ ਇਸ ਕਾਲੇ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਦਾ ਆਗਾਜ਼ ਸਾਡੀ ਜਥੇਬੰਦੀ ਵੱਲੋਂ ਹੀ ਕੀਤਾ ਗਿਆ ਸੀ